ਭਾਈ ਬੈਠਦਾ ਗਿਆ ਇਹਦੇ ਹਾਂ ਚਲਾ ਲਈ ਇਹਨੂੰ ਹਾਂ ਚਲਾ ਲਾਂਗੇ ਉਹ ਹੈਗਾ ਤਾਂ ਮੋਟਰਸਾਈਕਲ ਮੈਂ ਵੀ ਮੰਨਦਾ ਪਰ ਇਹਦੇ ਵਿੱਚ ਆ ਚੱਕਰ ਇਹ ਆ ਵੀ ਇਹ ਚ ਕਲੱਚ ਨਹੀਂ ਹੈਗਾ ਸਪੀਡ ਵੀ 160 ਦੀ ਆ ਦਿਖਾਉਣੇ ਆਪਾਂ ਛੋਟੀ ਮੋਟੀ ਗੱਲ ਨਹੀਂ ਹੈਗੀ ਬਾਈ ਕਿੰਨੇ ਸੀਸੀ ਹੋਊਗਾ ਇੰਜਨ ਦਾ ਉੱਤੇ ਨਾ ਚੜ੍ਹਦੀ ਭਰਾਵਾ ਕਿਤੇ ਕਿਤੇ ਕੁਲਫ ਤੋਂ ਭਾਈ ਦਾ ਹੋਵੇ ਹਾਂ ਹਾਂ ਕਿਤੇ ਅਗਲਾ ਕਹੇ ਬਿਨਾਂ ਕਲੱਚ ਤੋਂ ਗੇਅਰ ਹਾਂ ਇਹ ਖੜ ਚਲ ਪੈ ਗਿਆ ਵਾ ਹੁਣ ਸਿੱਧੀ ਰੇਸ ਦਿੱਤੀ ਚੱਲ ਪਿਆ ਰੁਕੇ ਕਿਵੇਂ ਰੋਕਣਾ ਅੱਛਾ ਇਹਨੂੰ ਰੋਕਣਾ ਸਿੱਖ ਲਾ ਭਰਾ ਪਹਿਲਾਂ ਰੋਕਣ ਤਾਂ ਚੱਲ ਬ੍ਰੇਕ ਦਾ ਆਪਣੇ ਵਰਗੀ ਨੇ ਨਾ ਕਿਵੇਂ ਲੱਗ ਰਿਹਾ ਕਲੱਚ ਦਾ ਉਂਝਾ ਘੁੰਮ ਕੇ ਆ ਜਾਂਦੇ ਨਿਊਟਰਲ ਫੇਰ ਹੋ ਜਾਂਦੇ ਇਧਰ ਵੀ ਦੁਬਾਰੇ ਫੇਰ ਹਾਂ ਹਾਂ ਚੁੱਪ ਚੁੱਪ ਸਾਜੀ ਮੇਰੇ ਨਾਲ ਪਤਾ ਨਿਊਟਰਲ ਵੀ ਆ ਅੱਛਾ 3 4 ਆ ਹੁਣ ਦੁਬਾਰੇ ਫੇਰ ਨੱਪਾਂਗੇ ਹਾਂ ਤੇ ਨਿਊਟਰਲ ਇਹ ਵਧੀਆ ਜਗਾੜ ਦੂਜਾ ਪਤਾ ਨੱਪਣ ਦੀ ਲੋੜ ਹੀ ਨਹੀਂ ਇਹ ਵਧੀਆ ਜਗਾੜ ਮੰਡਾ ਨਾ ਵੀ ਜਾ ਕੇ ਨਿਊਟਰਲ ਹੋ ਜਾ ਹੁਣ ਦੇਖੀ ਓਏ ਬਾਬਾ ਇਹ ਰੁਕਣਾ ਨਹੀਂ ਹੈ ਖੜਸ਼ਾ ਪੰਗਾ ਰਗਾ ਨਵੀਂ ਚੀਜ਼ ਨਾਲ ਇੰਨਾ ਜੇ ਪੰਗੇ ਲਈ ਦਿੰਦੇ ਵੈਸੇ ਕਿਵੇਂ ਲੱਗਿਆ ਤੈਨੂੰ ਹੌਂਡਿਆਂ ਦਾ ਹੈ ਨਾ ਹਾਂ ਹੌਂਡਿਆਂ ਦਾ ਫਾਇਦਾ ਬਹੁਤ ਹੈ टैंकी भर दी 8 दी तकरीबन 150 ਬਾਕੀ ਭਰਾਵਾਂ ਤੋਂ ਪੁੱਛਦੇ ਆਪਾਂ ਕਿਵੇਂ ਲੱਗਿਆ ਬਿਨਾਂ ਕਲੱਚ ਵਾਲਾ ਓਕੇ ਜੀ ਜ਼ਿੰਦਗੀ ਜਿੰਦਾਬਾਦ।